ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਸ਼ੁਰੂ। ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੀ ਜਾ ਰਹੀ ਹੈ ਸਖਤ ਕਾਰਵਾਈ। ਕਿਰਾਏਦਾਰਾਂ ਨੂੰ ਕਿਰਾਏ ਦੀ ਅਦਾਇਗੀ ਲਈ ਮਜਬੂਰ ਨਹੀਂ ਕਰ ਸਕਦੇ ਮਾਲਕ। ਕੋਵਿਡ-19 ਦੇ ਚਲਦੇ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਪ੍ਰਸ਼ਾਸਨ ਵੱਲੋਂ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਰਫਿਊ ਦੇ ਬਾਵਜੂਦ ਸੜਕਾਂ ਗਲੀਆਂ ਵਿੱਚ ਬਿਨਾਂ ਵਜ੍ਹਾ ਘੁੰਮਦੇ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਧਾਰਾ 188 ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ। ਖਰੜ ਦੇ SDM ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਉਹਨਾਂ ਨੇ ਖੁਦ DSP ਖਰੜ ਦੇ ਨਾਲ ਸ਼ਹਿਰ ਦਾ ਦੌਰਾ ਕਰਕੇ ਅਜਿਹੀਆਂ ਕੁਝ ਗੱਡੀਆਂ ਜ਼ਬਤ ਕੀਤੀਆਂ ਹਨ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਕਣਕ ਦੀ ਖਰੀਦ ਬਾਰੇ ਉਹਨਾਂ ਕਿਹਾ ਕਿ ਖਰੜ ਤਹਿਸੀਲ ਵਿੱਚ ਪੈਂਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਆਰੰਭ ਹੋ ਗਿਆ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖ ਕੇ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ, ਸਰਕਾਰ ਵੱਲੋਂ ਕਿਸਾਨਾਂ ਨੂੰ ਇਹੀ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਵੇਂ ਜਿਵੇਂ ਤੁਹਾਡੇ RTS ਨੂੰ ਪਾਸ ਇਸ਼ੂ ਹੋਣਗੇ ਉਹ ਤੁਹਾਨੂੰ ਪਾਸ ਇਸ਼ੂਸ ਕਰ ਦੇਣਗੇ, ਤੁਸੀਂ ਉਸੇ ਹਿਸਾਬ ਨਾਲ ਹੀ ਮੰਡੀ ਦੇ ਵਿੱਚ ਆਪਣੀ ਕਣਕ ਜਿਹੜੀ ਆ ਉਹ ਲਿਆਓ ਅਤੇ ਆਪਣਾ ਜਿਹੜਾ ਨਾਲ ਦੀ ਨਾਲ ਤੁਸੀਂ ਸੈਨੇਟਾਈਜੇਸ਼ਨ ਦਾ ਵੀ ਧਿਆਨ ਰੱਖੋ, ਹੱਥ ਧੋਣ ਦਾ, ਪਾਣੀ ਦਾ। ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਆਪਣਾ ਪਾਣੀ ਆਪ ਹੀ ਲੈ ਕੇ ਆਓ। ਮੰਡੀ ਦੇ ਵਿੱਚ ਵੀ ਪਾਣੀ ਦਾ ਪੁਖਤੇ ਪ੍ਰਬੰਧ ਕੀਤੇ ਗਏ ਹੈ, ਲੇਕਿਨ ਆਪਣੇ ਪਾਣੀ ਨਾਲ ਥੋੜ੍ਹੀ ਸੁਰੱਖਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ। ਤੋ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ, ਤੁਸੀਂ ਬਿਲਕੁਲ ਵੀ ਘਬਰਾਓ ਨਾ। ਅਸੀਂ ਪੂਰਾ ਸ਼ੈਡਿਊਲ ਬਣਾਇਆ ਹੋਇਆ ਹੈ ਸਾਰੇ, ਅਸੀਂ ਬਿਲਕੁਲ ਸਿਸਟਮੈਟਿਕ ਤਰੀਕੇ ਨਾਲ ਪਾਸਿਸ ਇਸ਼ੂ ਕਰ ਰਹੇ ਹਾਂ। ਪਾਸਿਸ ਤੁਹਾਨੂੰ ਆੜਤੀਆਂ ਵੀਰਾਂ ਵੱਲੋਂ ਮਿਲ ਜਾਣਗੇ। ਸਾਰੇ ਕਿਸਾਨ ਵੀਰਾਂ ਦੀ ਇੱਕ ਇੱਕ ਦਾਣੇ ਦੀ ਜਿਹੜੀ ਹੈ ਉਹ ਪ੍ਰੋਕਿਓਰਮੈਂਟ ਕੀਤੀ ਜਾਊਗੀ। ਹਾਂਜੀ ਸਰ, ਆਪਣਾ ਕੀ ਨਾਮ ਹੈ? ਦਵਿੰਦਰ ਸਿੰਘ। ਕਿੱਥੋਂ ਦਾ ਰਹਿਣ ਵਾਲਾ? ਖਰੜ ਜੀ, ਖਰੜ ਦਾ ਰੋਡ ਤੋਂ। ਤੁਸੀਂ ਆਪਣੀ ਕਣਕ ਇੱਥੇ ਲੈ ਕੇ ਆਏ ਵੀ ਜੋ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀਗਾ 15 ਤਰੀਕ ਤੋਂ ਕਣਕ ਖਰੀਦੀ ਜਾਏਗੀ ਕਿਸਾਨਾਂ ਦੀ, ਕੀ ਇਹ ਵਾਅਦਾ ਪੂਰਾ ਹੋਇਆ? ਹਾਂਜੀ ਹਾਂਜੀ, ਅੱਜ ਪਰਚੇ ਸ਼ੁਰੂ ਹੋ ਚੁੱਕੀ ਹੈ ਅਤੇ ਪਿੱਛੇ ਸਾਡੀ ਕਣਕ ਭਰ ਹੋ ਰਹੀ ਹੈ। ਗੌਰਮੈਂਟ ਦਾ ਜਿਹੜਾ ਰੇਟ ਹੈਗਾ ਉਸ ਮੁਤਾਬਕ ਰੇਟ ਮਿਲਿਆ। ਕੀ ਰੇਟ ਮਿਲ? 1925 ਰੁਪਏ। ਬਾਕੀ ਬੋਨਸ ਬਾਰੇ ਬਾਅਦ 'ਚ ਪਤਾ ਲੱਗੇਗਾ ਵੀ ਉਹ ਕਿੱਦਾਂ ਕਿੱਦਾਂ ਕੀ ਗੌਰਮੈਂਟ ਪ੍ਰੋਸੈਸ ਕਰਦੀ ਹੈ, ਉੱਦਾਂ ਫਿਰ ਦੇਖਾਂਗੇ। ਕੀ ਤੁਹਾਨੂੰ ਇੱਥੇ ਮੰਡੀ 'ਚ ਆਉਣ ਵਾਸਤੇ ਕੋਈ ਪਾਸ ਇਸ਼ੂ ਕੀਤੇ ਗਏ? ਹਾਂ, ਮੰਡੀ ਬੋਰਡ ਤੋਂ ਸਾਨੂੰ ਪਾਸ ਇਸ਼ੂ ਕੀਤੇ ਗਏ ਆ। ਆੜਤੀਆਂ ਵੱਲੋਂ ਮੁਹੱਈਆ ਕਰਾਇਆ ਗਿਆ, ਗੇਟ ਤੋਂ ਸਾਨੂੰ ਪਾਸ ਮਿਲਿਆ, ਅਸੀਂ ਪਾਸ ਲੈ ਕੇ ਐਂਟਰ ਹੋਏ ਹਾਂ। ਕਿੰਨੇ ਦਿਨ ਵਾਸਤੇ ਪਾਸ ਹੈ? ਇਹ ਡੇਲੀ ਫਾਰਮਰ ਵਾਸਤੇ ਪਾਸ ਹੈ, ਇੱਕ ਵਾਸਤੇ। ਅੱਗੇ ਵਾਸਤੇ ਵੀ ਜੇ ਗੌਰਮੈਂਟ ਨੇ ਕੰਮ ਚਲਾਉਣਾ ਤਾਂ 5 ਪਾਸ ਫਾਰਮਰ ਨੂੰ ਡੇਲੀ ਦਿੱਤੇ ਜਾਣ, 5 ਜਾਂ 10 ਟਰਾਲੀਆਂ ਡੇਲੀ ਆਉਣ, ਮਤਲਬ 11 ਵਜੇ ਤੱਕ ਐਂਟਰ ਹੋ ਜਾਣੀ ਚਾਹੀਦੀ ਹੈ ਮੰਡੀ ਵਿੱਚ। ਗੇਟ ਦੇ ਆਉਣ ਤੋਂ ਉਹਨੂੰ ਪਾਸ ਮਿਲੇ, ਉਹਦੇ ਨਾਲ ਸ਼ਾਮ ਤੱਕ ਬੰਦਾ ਵਿਹਲਾ ਹੋ ਜਾਊਗਾ ਫਾਰਮਰ, ਨਾ ਇਸ 'ਚ ਭੀੜ ਹੋਊਗੀ। ਤੁਸੀਂ ਇੱਥੇ ਸਵੇਰ ਤੋਂ ਆਏ ਹੋ, ਇੱਥੇ ਤੁਹਾਡੇ ਪਾਣੀ ਦਾ ਵਗੈਰਾ ਦਾ ਕੋਈ ਸਾਫ਼ ਸਫਾਈ ਦਾ ਕੋਈ ਇੰਤਜ਼ਾਮ ਹੈ ਇੱਥੇ? ਹਾਂ ਠੀਕ ਹੈ, ਸਾਡੀ ਅਸੀਂ ਆਪਣੀ ਸ਼ੋਪ 'ਤੇ ਬੈਠੇ ਹਾਂ, ਬਿਲਕੁਲ ਪ੍ਰਸ਼ਾਸਨ ਸੰਸਥਾ 'ਤੇ ਸਾਨੂੰ ਪਾਣੀ ਪੂਣੀ ਸਭ ਕੁਝ ਮੁਹੱਈਆ ਕਰਾ ਰਹੇ ਹਾਂ, ਪੁੱਛ ਰਹੇ ਹਾਂ ਘੜੀ ਘੜੀ ਚਾਹ ਪਾਣੀ ਬਾਰੇ ਪੁੱਛਿਆ ਜਾ ਰਿਹਾ। ਅਸੀਂ ਤਾਂ ਖੈਰ ਲੋਕਲ ਹੈ, ਘਰ ਜਾ ਕੇ ਮਨ ਖਾਣਾ ਖੁਣਾ ਖਾ ਕੇ ਵਾਪਸ ਆ ਗਏ ਹਾਂ, ਅਸੀਂ ਮੰਡੀ ਨਹੀਂ ਬਹੁਤ ਦੇਰ ਬੈਠੇ ਹੈਗੇ, ਰੂਟੀਨ 'ਚ ਉਸ ਕੰਮ ਚੱਲ ਰਿਹਾ ਲੋਕਲ ਦਾ। ਯਾਨੀ ਕਿ ਤੁਸੀਂ ਜੋ ਇੱਥੇ ਕਾਰਵਾਈ ਹੋ ਰਹੀ ਉਹਦੇ ਨਾਲ ਸੈਟਿਸਫਾਈ ਹੋ? ਹਾਂਜੀ ਹਾਂਜੀ, ਸੈਟਿਸਫਾਈਡ ਹੈ। ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਨਰਿੰਦਰ ਸ਼ਰਮਾ, ਸ਼ਰਮਾ ਟ੍ਰੇਡਿੰਗ। ਕਿਹੜੇ ਪਿੰਡ ਤੋਂ ਜੀ? ਆੜਤੀ ਹੈ ਜੀ। ਅੱਛਾ ਜੀ। ਹਾਂਜੀ, ਅੱਜ ਸਾਡੀ ਮੰਡੀ ਵਿੱਚ ਨਾ ਮੇਰੇ ਖਿਆਲ 30 ਪਾਸ ਦਿੱਤੇ ਤੇ ਮਾਰਕੀਟ ਕਮੇਟੀ ਨੇ। ਅੱਛਾ। ਉਹ 30 ਪਾਸ ਮਤਲਬ 30 ਟਰਾਲੀਆਂ ਸਾਡੀ ਮੰਡੀ 'ਚ ਉਤਰ ਚੁੱਕੀਆਂ, ਉਹਨਾਂ ਦੀ ਬੋਲੀ ਲੱਗ ਚੁੱਕੀ ਹੈ, ਉਹਨਾਂ ਦੀ ਭਰਾਈ ਹੋ ਕੇ ਤੁਸੀਂ ਦੇਖ ਰਹੇ ਸਿਲਾਈ ਹੋ ਰਹੀ ਹੈ। ਹਾਂਜੀ, ਉਹਨਾਂ ਨੂੰ ਆਹੀ ਗੱਲ ਕਿਹਾ ਵੀ ਜਿਹੜੇ ਪਾਸ ਆ ਇਹ ਚੱਲਣੇ ਨਹੀਂ ਹੈ, ਉਹਦੀ ਵਜ੍ਹਾ ਜੀ ਮੇਰੇ ਕੋਲ 30,000-40,000 ਕੁਇੰਟਲ ਆਊ ਕਣਕ, ਉਹ 250 ਕੁਇੰਟਲ ਕਿੱਕਣਾ ਇੰਪੋਸੀਬਲ ਹੋਊਗਾ। ਇਹ ਔਖਾ ਨਾ, ਜ਼ਿਮੀਂਦਾਰ ਵੀ ਔਖਾ, ਪਰ ਮੌਸਮ ਖਰਾਬ ਹੈ, ਉਹ ਕੱਟੂਗਾ, ਅੱਗ ਦਾ ਵੀ ਅੱਗ ਵੀ ਲੱਗ ਸਕਦੀ ਹੈ, ਠੀਕ ਹੈ ਨਾ। ਬਾਕੀ ਅੱਜ ਸਾਡੀ ਮੰਡੀ ਵਿੱਚ ਖਰੜ ਮੰਡੀ ਦੇ ਵਿੱਚ ਨਾ ਪਰਚੇਜ ਹੋ ਚੁੱਕੀ ਹੈ, FCA ਦੀ ਖਰੀਦ ਔਰ ਮਾਰਕਫੈਡ ਦੀ ਖਰੀਦ ਹੈ, ਪਨਗਰੇਂ ਦੀ ਖਰੀਦ, ਤਿੰਨੇ ਏਜੰਸੀਆਂ ਆਪਣੇ ਰੇਟ ਲਾ ਗਈਆਂ। ਲਿਫਟੀ ਦਾ ਹਾਲੇ ਕੋਈ ਸਿਸਟਮ ਨਹੀਂ ਬਣਿਆ। ਹਾਂਜੀ, ਬਾਕੀ ਜਿਹੜੀ ਲੇਬਰ ਦੀ ਸਮੱਸਿਆ ਹੈ ਉਹ ਅਦਰਵਾਈਜ਼ ਜਿਹੜੇ ਸਾਰੀ ਲੇਬਰ ਦੀ ਬਿਹਾਰ ਅਤੇ ਬੰਗਾਲ 'ਤੇ ਆਉਣੀ, ਜਿਹੜੀ ਰੁਪਏ 2-3 ਲੱਖ ਰੁਪਏ ਦਿੱਤਾ ਵਾ, ਉਹ ਨਹੀਂ ਆ ਸਕੀ ਸਰਕਾਰ ਦੇ ਲੋਕਡਾਊਨ ਹੋਣ ਕਰਕੇ। ਪਰ ਹੁਣ ਜਿਹੜਾ ਪਾਪੜ ਵੇਚਣੇ ਵਾਲਾ, ਕੋਈ ਕੁਲਫੀਆਂ ਵੇਚਣੇ ਵਾਲਾ, ਇਹ ਲੇਬਰ ਵਿਹਲੀ ਹੋ ਚੁੱਕੀ ਸਾਰੀ, ਉਹ ਲੇਬਰ ਨਾਲ ਅਸੀਂ ਜਿੰਨੇ ਵੀ ਸਾਰੇ ਮੰਡੀ ਦੇ ਆੜਤੀ ਹੈ ਕਿਸੇ ਨਾ ਕੋਈ ਆਪਣਾ ਇੰਤਜ਼ਾਮ ਕਰ ਲਿਆ। ਹਾਂਜੀ, ਸਰਕਾਰ ਅੱਛਾ, ਜਿਹੜੇ ਮਾਸਕਾਂ ਆਪਣੀ ਦੁਕਾਨਾਂ ਸਾਰਿਆਂ ਨੂੰ ਮਾਸਕ ਦਿੱਤੇ, ਹੱਥਾਂ ਵਾਸਤੇ ਸੈਨੇਟਾਈਜ਼ਰ ਸਾਬਣ ਰੱਖਤੇ ਆ, ਯਾਨੀ ਇਹ ਜੀ ਖਾਲੀ ਮੰਡੀ 'ਚ ਕੋਈ ਪ੍ਰੋਬਲਮ ਨਹੀਂ ਹੈ। ਮਾਰਕੀਟ ਕਮੇਟੀ ਵੀ ਸਾਡੇ ਨਾਲ ਹੈ, ਸਾਨੂੰ ਸਿਰਫ ਇੱਕ ਪ੍ਰੋਬਲਮ ਹੈ ਵੀ ਜਿਹੜੇ ਪਾਸ ਹੈ ਵੱਧ ਦਿੱਤੇ ਜਾਣ। ਜਿਹੜੇ ਇੱਥੇ ਪਾਣੀ ਦਾ ਇੰਤਜ਼ਾਮ ਪ੍ਰੋਪਰ ਹੈ ਜੀ?
और पानी मार्केट कमेटी ने टैंकियां रखी बी पांच टैंकियां कल कल आर दिन भी भर के डिपर ज रखे में पानी बाल्टी रखी सारा कुछ पानी का अरेजमेंट पूरा है। और सर कैप्टन साहब के यही हुक्म है कि ज़्यादा कट नहीं करना ये देखो तुम लेबर कट होगी कड़ा नहीं दसो मैं असं फांसला रख रहे हैं लेबर भर दी है अठ बंदे ढेरियां भर रहे हैं फिर वो तलाई कर रहे हैं फिर वो कंडा खड़िया जी सलाई वाला खड़िया जिमीदार खड़िया आरती का भी मुनीम खड़िया किन्ने बंदे ढेर पर खड़े जी किन्निया ढेरिया बंदे खड़ूंगे ना आ तुम देख रहे सारे असं भी कोशिश पूरी करते हैं भी सिस्टम ने मैं कहते पूरा सिस्टम असं कर रहे हैं बी दूर दूर रहा जाए पर मुश्किल लगता भी रह किस तरह रखा जाऊगा हूँ तुम देखो ढेरी 200 क्विंटल की ढेर पे बड़ा वो जिमीदार भी खड़े हैं दो बटाई दिए एक बटावा हो एक जिमीदार हो गया वो एक भरोसा नहीं होंगे कई बार वो खड़े हैं दो आरती का बंदा भी खड़े हैं लेबर भी खड़ी है कंडे वाले भी खड़े हैं कमेटी वाले भी चेक करते ढेरियाँ मिनट के बाद किसान यूनियन सारे ही आने मैं कि मैं उत्थे बंदे मुश्किल है पर असं आरती सारे घंटे करते हैं सूबी जगह पासा पासा रहा जाए। खरड़ विच दुकानदारा वालों थोक दुकाना विच खरीदारी आदि लई जाण लई पहला बनाए जांदे पासा ते रोक लगाए जाण बारे पुछे एक सवाल दे जवाब विच श्री जैन ने कहा कि जेकर किसी दुकानदार दा पास बनन तो रह गया है तां ओह दुकानदार दी संस्था तो अपने दुकानदार होण बारे लिखवा के दवे तां उस दा पास बना दिता जावेगा। सर एक सनीगा जिहड़े दुकानदार अपने किराएदारां नूं परेशान कर रहे हैं इन्हां दिनां विच कि सानूं किराया दो ते नहीं दुकानां खाली करो इहदे च कई दुकानदारां दी शिकायत है कि सानूं परेशानी दा सामना करना पै रहा है इस दा की हल तुसीं दसो की संदेश देना चाहते उन्हां नूं। मैं सारे नूं ये संदेश देना चाहता हाँ कि जिवें कि तुसीं देख रहे हो देश बड़ी संकटमय स्थिति तों गुजर रहा है कोरोना वायरस करके सारे देश दे विच लॉकडाउन किया होया है तो मान्योग प्रधानमंत्री जी ने मुख्यमंत्री जी ने अपने कैप्टन अमरिंदर सिंह जी मान्योग मंत्री साहब ने उन्होंने भी सारे ने दसिया है डी साहब ने भी ऑर्डर पास किए हैं भाई इस तरह के सारे किराएदारों को बिल्कुल भी तुसी परेशान ना करो और ह्यूमैनिटेरियन मनुखता का पक्ष रखते हुए तो इन तो तुसी किराया ना वसूल करो क्योंकि देखो ये इदा का समय है कि किसी को रोज़गार जिहड़े जो कमांदा सीगा अपने दुकान जो भी करता सीगा हुण दुकान सारिया बंद पई ने वो किराया कितों देगा तो सरकार ने यह पक्ष रखते हुए जो सारा किराया जो भी बनता है इस महीने के किराएदारों को कहा भी ये किराया तुसीं नहीं लो। जेकर तुहानू साडा चैनल पसंद आया है तो इसनू सबसक्राइब जरूर करो और घंटी का स्विच ऑन करो ता जो साडियां खबरां तुहानू लगातार मिलदियां रहन तुहाडा प्यार ही साडी ताकत है। खरड़ तो स्काई हक टाइम्स लई शमिंदर सिंह की रिपोर्ट।